ਨੀਵਾਂ ਜਿਹਾ ਕੋਠਾ ਤੇ ਸਿਰ ਫੁੱਟ ਜਾਂਦਾ, ਸਿਰ ਫੁੱਟ ਜਾਂਦਾ, ਸਿੰਘਾ ਸਾਨੂੰ ਮੈਲ ਚੀਨਾ ਦਿਓ। ਸੱਸ ਜੋ ਸਾਡੀ, ਮਾਤਾ ਜੋ ਸੋਡੀ, ਸਿੰਘਾ ਸਾਨੂੰ ਬੋਲੀਆਂ ਮਾਰੇ, ਬੋਲੀਆਂ ਮਾਰੇ ਤੇ ਤਨ ਮਨ ਸਾੜੇ, ਤਨ ਮਨ ਸਾੜੇ, ਸਿੰਘਾ ਸਾਨੂੰ ਲੈ ਚੱਲ ਨਾਲੇ, ਨੀਵਾਂ ਜਿਹਾ ਕੋਠਾ ਤੇ ਸਿਰ ਫੁੱਟ ਜਾਂਦਾ, ਸਿਰ ਫੁੱਟ ਜਾਂਦਾ, ਸਿੰਘਾ ਸਾਨੂੰ ਮੈਲ ਜਿਨਾ ਦਿਓ। ਭੈਣ ਜੋ ਸੋਡੀ, ਨਣਦ ਜੋ ਸਾਡੀ, ਸਿੰਘਾ ਸਾਨੂੰ ਬੋਲੀ ਸਨ ਮਨ ਸਾੜੇ, ਸਿੰਘਾ ਸਾਨੂੰ ਲੈ ਚੱਲ ਨਾਲੇ, ਨੀਵਾਂ ਜਿਹਾ ਕੋਠਾ ਤੇ ਸਿਰ ਫੁੱਟ ਜਾਂਦਾ, ਸਿਰ ਫੁੱਟ ਜਾਂਦਾ, ਸਿੰਘਾ ਸਾਨੂੰ ਮੈਲ ਜਿਨਾ ਦਿਓ। ਪਾਬੋ ਜੋ ਸੋਡੀ, ਜਠਾਣੀ ਜੋ ਸਾਡੀ, ਸਿੰਘਾ ਸਾਨੂੰ ਬੋਲੀਆਂ ਮਾਰੇ, ਤਨ ਮਨ ਸਾੜੇ, ਸਿੰਘਾ ਸਾਨੂੰ ਲੈ ਚੱਲ ਨਾਲੇ, ਸੋ ਇਹ ਲੋਕ ਗੀਤ ਕਿਵੇਂ ਦਾ ਲੱਗਿਆ ਜੀ? ਮੈਂ ਸ਼ਾਇਦ ਇੱਕ ਵੀਡੀਓ 'ਚ ਦੱਸਿਆ ਸੀਗਾ ਕਿ ਸਾਡੇ ਮੰਮੀ ਕੁਝ ਠੀਕ ਨਹੀਂ ਹੈਗੇ, ਕੁਝ ਗੰਭੀਰ ਉਹਨਾਂ ਦੀ ਹਾਲਤ ਸੀ, ਮਤਲਬ ਸਿਹਤ ਦੀ, ਅਤੇ ਹੁਣ ਉਹ ਠੀਕ ਹੋ ਰਹੇ ਨੇ, ਅਤੇ ਉਹਨਾਂ ਦਾ ਮਨ ਨਹੀਂ ਸੀ ਠੀਕ, ਅਤੇ ਉਹ ਅੱਜ ਕਹਿੰਦੇ ਕਿ ਮੈਂ ਲੋਕ ਗੀਤ ਗਾਉਣੇ ਆ, ਅਤੇ ਅੱਜ ਫਿਰ ਮੈਂ ਸੋਚਿਆ ਵੀ ਚਲੋ ਉਹਨਾਂ ਨੂੰ ਲੋਕ ਗੀਤ ਗਵਾਉਂਦੇ ਹਾਂ।
ਅਤੇ ਮੈਨੂੰ ਖੁਸ਼ੀ ਹੋਈ ਵੀ ਉਹਨਾਂ ਨੇ ਬਹੁਤ ਐਡੀ ਬਿਮਾਰੀ ਹੋਣ ਦੇ ਬਾਵਜੂਦ ਵੀ ਉਹਨਾਂ ਨੇ ਬਹੁਤ ਸੋਹਣਾ ਲੋਕ ਗੀਤ ਮੇਰੇ ਨਾਲ ਗਾਇਆ। ਅਤੇ ਤੁਸੀਂ ਕਿਰਪਾ ਕਰਕੇ ਸਾਰੇ ਵਾਹਿਗੁਰੂ ਨੂੰ ਅਰਦਾਸ ਕਰਿਓ ਕਿ ਉਹ ਜਲਦ ਠੀਕ ਹੋਣ, ਅਤੇ ਫਿਰ ਆਪਾਂ ਲਾਈਵ ਵੀਡੀਓ ਬਣਾ ਕੇ ਪੇਸ਼ ਕਰੀਏ ਉਹਨਾਂ ਨੂੰ, ਤੁਹਾਡੇ ਸਾਹਮਣੇ ਆਪਣੀਆਂ ਦੁਆਵਾਂ ਦੇਣੀਆਂ ਉਹਨਾਂ ਨੂੰ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ।